ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜਨ ਲੈ ਕੇ حاضر ਇੱਕ ਸਪੈਸ਼ਲ ਐਪੀਸੋਡ ਇਸ ਐਪੀਸੋਡ ਦੇ ਵਿੱਚ ਗੱਲ ਹੋਏਗੀ ਵਜੀਲੈਂਸ ਬਿਊਰੋ ਦੀ ਧੱਕੇਸ਼ਾਹੀ ਦੀ ਅਤੇ ਉਸ ਦਾ ਸਹਿਯੋਗ ਦੇ ਰਹੇ ਕੁਝ ਵਿਅਕਤੀਆਂ ਦੀ ਦੱਸਾਂਗੇ ਕਿ ਪੰਜਾਬ ਦਸਤਾਵੇਜ਼ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਇੱਕ ਕਾਲੀਆਂ ਐਣਕਾਂ ਵਾਲਾ ਪੱਤਰਕਾਰ ਕੀ ਰੋਲ ਨਿਭਾ ਰਿਹਾ ਹੈ ਕੀ ਸੰਦੇਸ਼ ਭੇਜ ਰਿਹਾ ਹੈ ਵਰਚੁਅਲਸ ਬਿਊਰੋ ਵੱਲੋਂ ਕੀਤੀ ਜਾ ਰਹੀ ਇਨਵੈਸਟੀਗੇਸ਼ਨ ਦੇ ਉਹਨਾਂ ਤੱਥਾਂ ਨੂੰ ਵਿਸਤਾਰ ਨਾਲ ਖੋਖਾਂਗੇ ਜਿਹੜੇ ਉਹਨਾਂ ਦੀ ਫਾਈਲ ਚੋਂ ਸਾਨੂੰ ਪ੍ਰਾਪਤ ਹੋਏ ਨੇ ਦੱਸਾਂਗੇ ਕਿ ਬਲਬੀਰ ਸਿੰਘ ਆਲੰਪੁਰ ਦਲਿਤ ਐਕੈਬਸਟ ਉਸਨੇ ਇੱਕ ਸ਼ਿਕਾਇਤ ਮੁਹਾਲਈ ਪੁਲਿਸ ਨੂੰ ਕੀਤੀ ਹੈ ਜਿਸ ਵਿੱਚ ਡਾਕਟਰ ਇਕਵਨ ਜੀਵਨ ਮਾਸਟਰ ਤੇ ਵਜਲੈਂਸ ਬਿਊਰੋ ਦੇ ਏਆਈਜੀ ਮਨਮੋਨ ਸ਼ਰਮਾ ਡੀਐਸਪੀ ਬਰਿੰਦਰ ਗਿੱਲ ਅਤੇ ਸਬ ਇੰਸਪੈਕਟਰ ਰਣਜੀਤ ਸਿੰਘ ਰੀਡਰ ਟੂ ਮਨਮੋਨ ਸ਼ਰਮਾ ਦੇ ਵਿਰੁੱਧ ਦੋਸ਼ ਲਾਏ ਗਏ ਨੇ ਕਿ ਉਹ ਇੱਕ ਵੱਡੇ ਗੈਂਗ ਦੇ ਮੈਂਬਰ ਨੇ ਜਿਹੜੇ ਕਿ ਉਹਨਾਂ ਦੀ ਮੂਵਮੈਂਟ ਨੂੰ ਦਲਿਤ ਮੂਵਮੈਂਟ ਨੂੰ ਟਾਰਪੀਟੋ ਕਰਨਾ ਚਾਹੁੰਦੇ ਆ ਇਸ ਦੇ ਕੁਝ ਵਿਸਤਾਰ ਤੁਹਾਨੂੰ ਦਿਆਂਗੇ ਦੱਸਾਂਗੇ ਕਿ ਵਜਲੈਂਸ ਬਿਊਰੋ ਦੀ ਕਾਰਵਾਈ Blessing and disguise ਸਾਬਤ ਹੋ ਰਹੀ ਹੈ ਯਾਨੀ ਕਿ ਇਸ ਦਾ ਦਲਿਤ ਸਮਾਜ ਨੂੰ ਫਾਇਦਾ ਹੋ ਰਿਹਾ ਆਓ ਜੀ ਖਬਰ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਰਦਾਸ ਹੈ ਬੀਤੀ ਰਾਤ ਦੀ ਸਾਡੀ ਅਨਾਉਂਸਮੈਂਟ ਨੂੰ ਪੂਰਾ ਕਰਦੇ ਹੋਏ ਇਹ ਖਬਰ ਪੇਸ਼ ਕੀਤੀ ਜਾ ਰਹੀ ਹੈ ਕੱਲ ਸ਼ਾਮੀ 6:15 ਮਿੰਟ ਦੇ ਕਰੀਬ ਸਾਨੂੰ ਇੱਕ ਸ਼ੁਭ ਚਿੰਤਕ ਵੱਲੋਂ ਫੋਨ ਆਉਂਦਾ ਹੈ ਕਹਿੰਦਾ ਤਗੜ ਸਾਹਿਬ ਮੇਰੀ ਗੱਲ ਹੁਣੇ ਬਲਜੀਤ ਪਰਮਾਰ ਨਾਲ ਹੋਈ ਇਹਨਾਂ ਦਾ ਚੈਨਲ ਹੈ ਜੀ ਹਿੰਦ ਪੰਜਾਬ ਉਹਨਾਂ ਨੇ ਮੈਨੂੰ ਦੱਸਿਆ ਕਿ ਵਿਜੀਲੈਂਸ ਬਿਊਰੋ ਅਗਲਾ ਨੰਬਰ ਤਗੜ ਦਾ ਲਾਉਣ ਬੜੀ ਹੈ ਇੱਕ ਤੋਂ ਬਾਅਦ ਇੱਕ ਵੀਡੀਓ ਉਹਨਾਂ ਦੀ ਤਫ਼ਤੀਸ਼ ਦੇ ਬਾਰੇ ਲਿਖੀ ਜਾ ਰਿਹਾ ਹੈ ਕਰੀ ਜਾ ਰਿਹਾ ਹੈ ਵੈਸੇ ਵਿਜੀਲੈਂਸ ਬਿਊਰੋ ਤਗੜ ਨੂੰ ਗ੍ਰਿਫਤਾਰ ਨਹੀਂ ਸੀ ਕਰਨਾ ਚਾਹੁੰਦੀ ਪਰ ਉਹ ਬਾਜ਼ ਹੀ ਨਹੀਂ ਆਉਂਦਾ ਪੇਡ ਨਿਊਜ਼ ਚਲਾਈ ਜਾਂਦਾ ਵਿਜੀਲੈਂਸ ਬਿਊਰੋ ਦੇ ਬ੍ਰੋ ਅੱਗੇ ਸਾਡੇ ਸ਼ੁਭਚਿੰਤਕ ਨੇ ਸਲਾਹ ਦਿੱਤੀ ਕਿ ਤੁਸੀਂ ਸਾਰਾ ਕੁਝ ਪਰਸਨਲ ਕਿਉਂ ਲੈ ਬੈਠੇ ਹੋ ਦਲਿਤਾਂ ਦੀ ਲੜਾਈ ਕੋਈ ਅੱਜ ਦੀ ਹੈ ਇਹ ਤਾਂ ਸੈਂਕੜੇ ਸਾਲ ਪੁਰਾਣੀ ਹੈ ਇਹਨਾਂ ਦੀ ਜੋ ਹਾਲਤ ਹੈ ਉਹ ਤੁਹਾਡੀ ਖਬਰਾਂ ਨਾਲ ਸੁਧਰਨ ਵਾਲੀ ਹੈ ਨਹੀਂ ਆਪਣਾ ਨੁਕਸਾਨ ਤਗੜ ਸਾਹਿਬ ਕਿਉਂ ਕਰਵਾਉਂਦੇ ਹੋ ਦੇਖੋ ਮੈਂ ਤੁਹਾਡਾ ਛੋਟਾ ਭਰਾ ਹਾਂ ਮੇਰੀ ਰਿਕਵੈਸਟ ਮੰਨੋ ਬੰਦ ਕਰ ਦਿਓ ਕੰਮ ਬਲਜੀਤ ਪਰਮਾਰ ਨੂੰ ਵਿਜੀਲੈਂਸ ਬਿਊਰੋ ਨਿੱਕੀ ਨਿੱਕੀ ਗੱਲ ਦੀ ਜਾਣਕਾਰੀ ਦਿੰਦੀ ਹੈ ਜੋ ਉਸਨੇ ਮੈਨੂੰ ਕਿਹਾ ਉਹ ਗਲਤ ਨਹੀਂ ਹੋ ਸਕਦਾ ਤੁਹਾਡੇ ਤੇ ਕਾਰਵਾਈ ਹੋਣ ਵਾਲੀ ਹੈ ਇਸ ਜਾਣਕਾਰੀ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਕਿਸੇ ਹੋਰ ਸੋਰਸ ਤੋਂ ਪ੍ਰਾਪਤ ਹੋਈ ਕਿ ਤਗੜ ਸਾਹਿਬ ਤੁਸੀਂ ਬਲਜੀਤ ਪਰਮਾਰ ਦਾ ਐਪੀਸੋਡ ਨੰਬਰ 378 ਦੇਖੋ ਅਸੀਂ ਦੇਖਿਆ ਉਹਦੇ ਵਿੱਚ ਅਸੀਂ ਸੁਣਿਆ ਉਹ ਕਹਿੰਦਾ ਔਰ ਲੋਕ ਵੀ ਵਿਜੀਲੈਂਸ ਬਿਊਰੋ ਦੇ ਘੇਰੇ 'ਚ ਆਉਣ ਵਾਲੇ ਨੇ ਬਹੁਤ ਵੱਡਾ ਰੈਕਟ ਫਰੋਫਤੀਆਂ ਲੈਣ ਵਾਲਾ ਬੇਨਕਾਬ ਹੋਇਆ ਹੈ 102 ਬੰਦਿਆਂ ਤੋਂ ਐਕਸਟਰਸ਼ਨ ਕੀਤੀ ਗਈ ਐਟ ਸੈਟਰਾ ਐਟ ਸੈਟਰਾ ਇਹ ਗੱਲਾਂ ਸੁਣਨ ਤੋਂ ਬਾਅਦ ਅਸੀਂ ਇਹ ਮਹਿਸੂਸ ਕੀਤਾ ਕਿ ਜੋ ਸਾਡਾ ਸ਼ੁਭਚਿੰਤਕ ਸਾਨੂੰ ਦੱਸ ਰਿਹਾ ਉਹ ਸਪਸ਼ਟ ਹੈ ਸਾਫ਼ ਹੈ ਉਹ ਸੱਚ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਬਲਜੀਤ ਪਰਮਾਰ ਨੇ ਆਬਲੀਕਲੀ ਇਹ ਹਿੰਟ ਕਰ ਦਿੱਤਾ ਕਿ ਹੋਰ ਲੋਕਾਂ ਦੀ ਵੀ ਗ੍ਰਿਫਤਾਰੀ ਹੋਣ ਵਾਲੀ ਹੈ ਹੁਣ ਹਿੰਦ ਪੰਜਾਬ ਦੇ ਕੁਝ ਐਪੀਸੋਡਸ ਦੇ ਥੱਲੇ ਆ ਰਹੇ ਕਮੈਂਟਸ ਬਾਰੇ ਤੁਸੀਂ ਧਿਆਨ ਦਿਓ ਇਹ ਕਮੈਂਟ ਕਰਨ ਵਾਲੇ ਦਰਸ਼ਕ ਖਾਸ ਤੌਰ ਤੇ ਡਾਕਟਰ ਰਜਿੰਦਰਪਾਲ ਇਕਵਨ ਮਾਸਟਰ ਜੀਵਨ ਸਿੰਘ ਤੇ ਕੁਝ ਹੋਰ ਲੋਕ ਨੇ ਜਿਹੜੇ ਕਿ ਸਾਡੇ ਵੀਡੀਓ ਥੱਲੇ ਵੀ 네ਗੇਟਿਵ ਕਮੈਂਟ ਧੜਾ ਧੜ ਦੇ ਰਹੇ ਨੇ ਉਹਨਾ ਵੱਲੋਂ ਦਿੱਤੇ ਗਏ ਕਮੈਂਟਸ ਦਾ ਅਸੀਂ ਕੁਝ ਦਾ ਜਵਾਬ ਦਿੱਤਾ ਹੈ ਪਰ ਇਹਨੇ ਲੰਬੇ ਹੋਣ ਦੇ ਕਾਰਨ ਔਰ ਤੱਥਾਂ ਤੋਂ ਪਾਸੇ ਹੋਣ ਕਾਰਨ ਅਸੀਂ ਉਹਨਾਂ ਨੂੰ ਇਗਨੋਰ ਕਰਨ ਦਾ ਫੈਸਲਾ ਕੀਤਾ ਹੈ ਇੱਕ ਕਮੈਂਟ ਦੇ ਵਿੱਚ ਡਾਕਟਰ ਰਜਿੰਦਰਪਾਲ ਇੱਕ ਵੰਨ ਲਿਖਦੇ ਆ ਬਲਜੀਤ ਪਰਮਾਰ ਦੇ ਐਪੀਸੋਡ ਹੇਠ ਕਿ ਤੱਗੜ ਇੱਕ ਪੱਤਰਕਾਰ ਪੀਲੀ ਪੱਤਰਕਾਰੀ ਕਰਦਾ ਹੈ ਬਲੈਕ ਮੇਲਰਾਂ ਦਾ ਸਾਥ ਦੇ ਰਿਹਾ ਹੈ ਮੈਨੂੰ ਲੱਗਦਾ ਖੁਦ ਵੀ ਬਲੈਕਮੇਲਰ ਜਾਂ ਪੱਤਰਕਾਰ ਲੱਗਦਾ ਹੈ ਪਰਮਾਰ ਸਾਹਿਬ ਤੁਹਾਡੀ ਪੱਤਰਕਾਰੀ ਤਾਂ ਬਹੁਤ ਵਧੀਆ ਪੱਤਰਕਾਰੀ ਹੈ ਉਹਦਾ ਕੋਈ ਮੁਕਾਬਲਾ ਹੀ ਹੈ ਨਹੀਂ ਹੁਣ ਆਉਨੇ ਹੈ ਵੈਜਲੈਂਸ ਬਿਊਰੋ ਦੇ ਇੱਕ ਗਰਸਟਡ ਅਫਸਰ ਵੱਲੋਂ ਸਾਨੂੰ ਭੇਜੇ ਗਏ ਇੱਕ ਸੰਦੇਸ਼ ਤੇ ਉਹ ਬਲਜੀਤ ਪਰਮਾਰ ਦੀ ਵੀਡੀਓ ਜਿਹੜੀ ਕਿ ਉਹਨਾਂ ਦੇ ਪੂਰੇ ਹੀ ਹੱਕ ਦੇ ਵਿੱਚ ਸੀ ਉਹ ਭੇਜ ਕੇ ਥੱਲੇ ਲਿਖਦੇ ਆ ਆ ਹੁੰਦੀ ਹੈ ਪੱਤਰਕਾਰੀ ਇੱਕ ਸ਼ਬਦ ਇੱਕ ਲਾਈਨ ਆ ਹੁੰਦੀ ਹੈ ਪੱਤਰਕਾਰੀ ਮੈਂ ਮਹਿਸੂਸ ਕੀਤਾ ਵੀ ਬਿਲਕੁਲ ਠੀਕ ਹੈ ਮੈਨੂੰ ਵੀ ਪੱਤਰਕਾਰੀ ਪਰਮਾਰ ਸਾਹਿਬ ਤੋਂ ਸਿੱਖ ਲੈਣੀ ਚਾਹੀਦੀ ਹੈ ਤੁਸੀਂ ਇਹ ਸੰਦੇਸ਼ ਦਾ ਸਕਰੀਨਸ਼ਾਟ ਦੇਖ ਸਕਦੇ ਹੋ ਆਪਣੇ ਟੀਵੀ ਸਕਰੀਨ ਤੇ ਇਸ ਐਪੀਸੋਡ ਨੂੰ ਥੋੜਾ ਜਿਹਾ ਮੈਂ ਵੇਖਿਆ ਉਸ ਤੋਂ ਬਾਅਦ ਜਦੋਂ ਮੈਂ ਇਹ ਤੈਅ ਕੀਤਾ ਕਿ ਇਹ ਬਿਲਕੁਲ ਇੱਕ ਪਾਸੜ ਹੈ ਤੱਥਾਂ ਤੋਂ ਦੂਰ ਹੈ ਔਰ ਝੂਠ ਪਰੋਸਿਆ ਜਾ ਰਿਹਾ ਹੈ ਬਲਜੀਤ ਪਰਮਾਰ ਵੱਲੋਂ ਮੈਂ ਉਹਨਾਂ ਨੂੰ ਫੋਨ ਕੀਤਾ ਮੇਰੇ ਅੱਛੇ ਉਹ ਵਾਕਿਫ ਸੀਗੇ ਪਰਮਾਰ ਸਾਹਿਬ ਨੂੰ ਮੈਂ 35 ਮਿੰਟ ਲਾ ਕੇ ਪੂਰੀ ਡਿਟੇਲ ਸਮਝਾਈ ਅਦਰ ਸਾਈਡ ਇਹ ਦੂਜਾ ਪੱਖ ਏ ਹੈ ਸਚਾਈ ਇਹ ਹੈ ਤੁਸੀਂ ਦੋਹੇ ਪੱਖ ਪੇਸ਼ ਕਰਿਆ ਕਰੋ ਖੈਰ ਉਹ ਕਹਿੰਦੇ ਜੀ ਬਿਲਕੁਲ ਠੀਕ ਹੈ ਮੈਂ ਤੁਹਾਡੇ 7 ਐਪੀਸੋਡ ਹੁਣ ਤੱਕ ਵੇਖ ਚੁੱਕਿਆ ਹਾਂ ਬਲਜੀਤ ਪਰਮਾਰ ਨੇ ਬੜੇ ਅਦਬ ਤੇ ਪਿਆਰ ਨਾਲ ਮੈਨੂੰ ਨਿਯਮਤਾ ਦਿੱਤਾ ਕਿ ਮੈਂ ਉਹਦੇ ਘਰੇ ਜਾਵਾਂ ਕਹਿੰਦੇ ਡਾਕਟਰ ਸਾਹਿਬ ਆਓ ਕਿਸੇ ਦਿਨ ਆਪਾਂ ਬਹਿਨੇ ਆਂ ਗਾਫਿਆ ਬਮਾਰਾਂਗੇ ਨਾਲੇ ਥੋੜਾ ਬਹੁਤ ਪੀਪੂ ਲਵਾਂਗੇ ਤੇ ਫਿਰ ਜੀ ਮੈਂ ਉਹਨਾਂ ਦੀ ਗੱਲ ਸੁਣ ਕੇ ਹਾਂ ਕਰਕੇ ਤੇ ਗੱਲ ਕੱਟਤੀ ਬਲਜੀਤ ਪਰਮਾਰ ਬਾਰੇ ਜੋ ਕੁਝ ਅਸੀਂ ਕਿਹਾ ਉਹਦੇ ਵਿੱਚ ਅਸੀਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਦੋ ਵਾਰੀ ਟੈਲੀਫੋਨ ਕੀਤਾ ਉਹਨਾਂ ਨੇ ਚੱਕਿਆ ਨਹੀਂ ਫਿਰ ਅਸੀਂ ਬਲਜੀਤ ਪਰਮਾਰ ਜੀ ਨੂੰ ਇੱਕ ਮੈਸੇਜ ਪਾਇਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਉਹ ਮੈਸੇਜ ਜਿਹੜਾ ਅਸੀਂ ਪਾਇਆ ਤੇ ਉਹਦਾ ਹਜੇ ਤੱਕ ਸਾਨੂੰ ਜਵਾਬ ਨਹੀਂ ਆਇਆ ਨਾ ਹੀ ਉਹਨਾਂ ਨੇ ਫੋਨ ਕੀਤਾ ਖੈਰ ਉਹਨਾਂ ਦੀ ਵਰਸ਼ਨ ਜੋ ਕੁਝ ਅਸੀਂ ਕੀਤਾ ਦਾਵਾ ਆਪਣੇ ਵੀਡੀਓ ਦੇ ਵਿੱਚ ਉਹ ਪੈਂਡਿੰਗ ਰਹਿ ਗਈ ਹੈ ਅਗਦੇ ਵੀਡੀਓ ਚ ਕਰਦੇ ਆਂਗੇ ਅਸੀਂ ਉਹਨਾਂ ਨੂੰ ਇਹ ਵੀ ਕਿ ਨਿਉਂਤਾ ਦੇਾਂਗੇ ਇਨਵਾਈਟ ਕਰਾਂਗੇ ਉਹ ਸਾਡੇ ਸਟੂਡੀਓ ਚ ਆ ਕੇ ਆਪਣੀ ਅਗਰਨਾ ਰੱਖਣ ਸਾਡੇ ਜਿਹੜੇ ਇਲਜ਼ਾਮ ਦੋਸ਼ ਨਾਲ ਬਾਰੇ ਹੈ ਜਾਂ ਸਾਡੇ ਥਿਊਜ਼ opinion ਨਾਲ ਬਾਰੇ ਹੈ ਉਹਦੇ ਤੇ ਜੋ ਕੁਝ ਬੋਲਣਾ ਚਾਹਣ ਹੀ ਇਸ ਵੈਲਕਮ ਟੂ ਕਮ ਟੂ ਪੰਜਾਬ ਦਸਤਾਵੇਜ਼ ਸਟੂਡੀਓ ਹੁਣ ਬែកੇ ਗੱਲ ਕਰਾਂਗੇ ਡਿਸਕਸ਼ਨ ਕਰਾਂਗੇ ਤੇ ਸਾਰੇ ਸਵਾਲ ਉਹਨਾਂ ਦੇ ਸੁਣਾਗੇ ਜਵਾਬ ਵੀ ਦੇਵਾਂਗੇ ਸਵਾਲ ਪੁੱਛਾਂਗੇ ਵੀ ਤੇ ਉਹਨਾਂ ਦਾ ਜਵਾਬ ਸੁਣਾਗੇ ਵੀ ਸੋ ਲੈਟ ਅਸ ਪਲੇ ਇਟ ਔਨ ਦੀ ਕੈਮਰਾ ਬੋਥ ਸਾਈਡਸ ਹੁਣ ਵਿਜੀਲੈਂਸ ਬਿਊਰੋ ਵੱਲੋਂ ਇੱਕ ਅੰਗਰੇਜ਼ੀ ਦੇ ਪ੍ਰਸਿੱਧ ਅਖਬਾਰ 'ਚ ਛਪੀ ਖਬਰ ਬਾਰੇ ਗੱਲ ਕਰਦੇ ਆ ਇਸ ਖਬਰ ਬਾਰੇ ਅਸੀਂ ਜ਼ਿਕਰ ਪਹਿਲਾਂ ਕਰ ਚੁੱਕੇ ਆ ਆਪਣੇ ਪਿਛਲੇ ਐਪੀਸੋਡ ਦੇ ਵਿੱਚ ਉਸ 'ਚ ਲਿਖਿਆ ਸੀ ਕਿ ਫਰੋਤੀਆਂ ਵਾਲਾ ਗੈਂਗ ਐਕਸਟਰੋਸ਼ਨਿਸ ਬਲੈਕਮੇਲਰਜ਼ ਦਾ ਫੜ ਲਿਆ ਗਿਆ ਉਹ ਚ ਆ ਫੜ ਲਿਆ ਤੇ ਆ ਬਾਕੀ ਫੜੇ ਜਾਣੇ ਆ ਹੋਰ ਇੱਕ ਕੰਪਲਾਈਸਸ ਦੀ ਗ੍ਰਿਫਤਾਰੀ ਵੀ ਸਲਿਟਡਰ ਯਾਨੀ ਕਿ ਹੋਣ ਵਾਲੀ ਆ ਉਹਦੇ ਚ ਇੱਕ ਲਿਖਿਆ ਸੀ ਜੀ ਕਿ ਇੱਕ ਬਲੌਕ ਅਫਸਰ ਤੋਂ 3 ਲੱਖ ਰੁਪਏ ਮੰਗਿਆ ਗਿਆ 1.5 ਲੱਖ ਰੁਪਏ ਤੋਂ ਲੈ ਲਿਆ ਗਿਆ ਮਲਵਿੰਦਰ ਸਿੱਧੂ ਏਆਈਜੀ ਅਤੇ ਬਲਬੀਰ ਸਿੰਘ ਆਲੰਪੁਰ ਨੇ ਉਹ ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਸਵਾਲ ਉਠਾਇਆ ਸੀ ਕਿ ਦੱਸਿਆ ਜਾਵੇ ਇਹ ਬਲੌਕ ਅਫਸਰ ਕਿਲੇ ਵਿਭਾਗ ਦਾ ਪੰਚਾਇਤ ਦਾ ਖੇਤੀਬਾੜੀ ਦਾ ਜਾਂ ਕਿਸੇ ਹੋਰ ਦਾ ਹੁਣ ਤੁਸੀਂ ਸਕਰੀਨ ਤੇ ਦੇਖੋ ਜਸ਼ਵਿੰਦਰ ਸਿੰਘ ਜਿਸ ਦਾ ਜ਼ਿਕਰ ਖਬਰ ਦੇ ਵਿੱਚ ਕੀਤਾ ਗਿਆ ਅੰਗਰੇਜ਼ੀ ਅਖਬਾਰ ਚ ਉਹ ਹੈਗਾ ਜੀ ਬਲੌਕ ਐਗਰੀਕਲਚਰ ਡਵੈਲਪਮੈਂਟ ਅਫਸਰ ਗੁਰੂ ਹਰਸਹਾਈ ਜ਼ਿਲ੍ਹਾ ਫਿਰੋਜ਼ਪੁਰ ਇਸ ਸ਼ਖਸ ਦੇ ਬਿਆਨ ਤੇ ਪਰਚਾ ਦਰਜ ਹੋਇਆ ਫਰੋਟੀ ਦਾ ਗਲਾ ਐਂਗਰੈਕਸ ਟੋਰਸ਼ਨ ਦਾ ਇਸ ਸ਼ਖਸ ਦਾ ਸਰਟੀਫਿਕੇਟ ਪੰਜਾਬ ਸਰਕਾਰ ਨੇ 29/8/23 ਨੂੰ ਰੱਦ ਕਰ ਦਿੱਤਾ ਇਹ ਜਾਲੀ ਬਾਦਮਕੀ ਬਣਿਆ ਹੋਇਆ ਸੀ ਤੇ ਫਿਰ 30/10/23 ਨੂੰ ਐਫ ਆਈ ਆਰ ਵਿਜੀਲੈਂਸ ਬਿਊਰੋ ਐਸੇ ਦੇ ਬਿਆਨ ਤੇ ਦਰਜ ਕਰਤੀ ਸੋ ਸੀ ਦੀ ਹਾਈ ਹੈਂਡਡ ਨੈਸ ਆਫ ਦੀ ਵਿਜੀਲੈਂਸ ਬਿਊਰੋ ਇਹ ਸ਼ਖਸ ਜਸਵਿੰਦਰ ਸਿੰਘ ਬਲਾਕ ਐਗਰੀਕਲਚਰ ਡਿਵੈਲਪਮੈਂਟ ਆਫੀਸਰ ਜਿਹੜਾ ਬਿਆਨ ਦਰਜ ਕਰਕੇ ਪਰਚਾ ਦਰਜ ਕਰਾਉਂਦਾ ਵਿਜੀਲੈਂਸ ਬਿਊਰੋ ਤੋਂ ਉਹਦਾ ਜਾਤੀ ਸਰਟੀਫਿਕੇਟ ਬਾਲਮਿਕੀ ਵਾਲਾ 2983 ਨੂੰ ਰੱਦ ਹੋ ਚੁੱਕੇ ਆ ਸਰਕਾਰ ਵੱਲੋਂ ਤੇ ਪਰਚਾ ਵਿਜੀਲੈਂਸ ਬਿਊਰੋ ਕਦੋਂ ਦਰਜ ਕਰਦੀ ਹੈ 30 10 23 ਨੂੰ ਜਿਹੜੇ ਬੰਦੇ ਦੀ ਨੌਕਰੀ ਨੂੰ ਖਤਰਾ ਪੈਦਾ ਹੋ ਗਿਆ ਉਹਦਾ ਸਾਰਾ ਜਿਹੜਾ ਪਿਛੋਕੜ ਬਰਬਾਦ ਹੋ ਗਿਆ ਉਹ ਫਿਰ ਕੀ ਕੁਛ ਨਹੀਂ ਕਹੂਗਾ ਬਲਬੀ ਰਾਜਮਪੁਰ ਬਾਰੇ ਕੀ ਕੁਛ ਨਹੀਂ ਕਹੂਗਾ ਤੁਸੀਂ ਅੰਦਾਜ਼ਾ ਲਾ ਲਓ ਤੇ ਪਰਚਾ ਫਿਰ ਵਿਜਲੈਂਸ ਬਿਊਰੋ ਅੱਖਾਂ ਮੀਟ ਕੇ 30 10 ਨੂੰ ਦਰਜ ਕਰ ਦਿੰਦੀ ਆ ਤੇ ਫਿਰ ਗ੍ਰਿਫਤਾਰੀਆਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੀ ਆ ਬਲਬੀ ਰਾਜਮਪੁਰ ਦੇ ਘਰੇ ਤਿੰਨ ਵਾਰੀ ਰੇਡ ਕਰਦੀ ਆ ਤੇ ਫਿਰ ਜਿੱਥੋਂ ਨੇ ਕਾਰ ਲਈ ਇਥੋਂ ਨੇ 4 ਲੱਖ ਰੁਪਏ ਲੋਨ ਲਿਆ ਦੇ ਉਹਨਾਂ ਦੇ ਘਰੇ ਜਾ ਕੇ ਵੀ ਪੁੱਛਕਿਛ ਕੀਤੀ ਪੈਸੇ ਕਿਉਂ ਦਿੱਤੇ ਕਿਵੇਂ ਦਿੱਤੇ ਯਾਨੀ ਕਿ ਵਜੀਲੈਂਸ ਬਿਊਰੋ ਨੇ ਹੋਰ ਸਾਰਾ ਕੰਮ ਛੱਡਤਾ ਇੱਕ ਵੱਡਾ ਕੇਸ ਫੜ ਲਿਆ ਵੱਡਾ ਕੇਸ ਐਡਾ ਵੱਡਾ ਕੇਸ ਕਿ ਜਿਹਦੇ ਵਿੱਚ ਉਹਨਾਂ ਨੂੰ ਬਹੁਤ ਨੰਬਰੀ ਮਤਲਬ ਕਿ ਬੰਦਿਆਂ ਦਾ ਗੈਂਗ ਦਾ ਪਤਾ ਲੱਗ ਗਿਆ ਬਾਕੀ ਜਿਹੜੇ ਕੇਸ ਪੈਂਡਿੰਗ ਨੇ ਜਿਹੜੇ ਕੇਸ ਤੁਸੀਂ ਦਰਜ ਕਰੀ ਫਿਰਦੇ ਹੋ ਅਮਰੂਦ ਸਕੈਮ ਜਿਹ ਤੁਹਾਡੇ ਤੋਂ ਫੜ ਕੋਈ ਨਹੀਂ ਹੋਇਆ ਕਿਹੜੇ ਬੰਦੇ ਫੜੇ ਤੁਸੀਂ ਤੇ ਫਿਰ ਹੋਰ ਕਈ ਕੇਸ ਪੈਂਡਿੰਗ ਆ ਤੁਸੀਂ ਵੱਡੇ ਵੱਡੇ ਬੰਦਿਆਂ ਦੇ ਪਰਚੇ ਦਰਜ ਕਰਕੇ ਉਹਤੇ ਹਜੇ ਤੁਹਾਡੇ ਤੋਂ ਕਾਰਵਾਈ ਨਹੀਂ ਹੋਈ ਪੀ ਐਸ ਆਈ ਸੀ ਦਾ 플ੌਟ ਸਕੈਮ ਤੁਸੀਂ ਇਨਕੁਆਰੀ ਦਰਜ ਕੀਤੀ ਜਿਹੜੀ ਹੈਗੀ ਆ ਨੰਬਰ 3 ਉਹਦਾ ਕੀ ਹੋਇਆ ਕਿੰਨੇ ਸਾਲ ਤੋਂ ਪੈਂਡਿੰਗ ਆ ਉਦ ਐਨਕੁਆਰੀ ਕਿਉਂ ਨਹੀਂ ਹੋਈ ਉਹ ਤੇ ਤੁਸੀਂ ਪਰਚਾ ਦਰਜ ਹੁਣ ਤੱਕ ਕੀਤਾ ਕਿਉਂ ਨਹੀਂ ਇੰਨਾ ਸਮਾਨ ਪੈਂਡਿੰਗ ਬਿਜ਼ਨਸ ਬਿਊਰੋਕ੍ਰਾਟ ਪੇ ਹੈ ਜਦੋਂ ਪੁੱਛੋ ਕਿ ਕਦੋਂ ਹੋਊਗਾ ਕਾਰਵਾਈ ਇਹ ਤੇ ਸਟਾਫ ਘੱਟ ਹੈ ਜੀ ਕੰਮ ਬਾਲ ਕੰਮ ਤਾਂ ਤੁਸੀਂ ਇਹੋ ਜਿਹਾ ਫੜੀ ਫਿਰਦੇ ਹੋ ਕੰਮ ਤੁਸੀਂ ਇਹੋ ਜਿਹਾ ਫੜੀ ਫਿਰਦੇ ਹੋ ਜਿਹਨੂੰ ਤੁਸੀਂ ਕਹਿੰਦੇ ਵੱਡੇ ਵੱਡੇ ਸਕੈਮ ਕੱਢਦੇ ਸੀ ਖੈਰ ਅੱਗੇ ਆਉਂਦੇ ਜੀ ਡਿਪਾਰਟਮੈਂਟ ਆਫ ਸਮਾਜਿਕ ਨਿਆਂ ਅਧਿਕਾਰਤਾ ਅਤੇ ਘਟ ਗਿਣਤੀ ਲਿਖਦਾ ਹੈ ਡੀਸੀ ਫਿਰੋਜ਼ਪੁਰ ਨੂੰ ਕਿ ਜਸਵਿੰਦਰ ਸਿੰਘ ਦਾ ਸਰਟੀਫਿਕੇਟ ਜਾਲੀ ਹੈ ਇਹਨੂੰ ਤੁਰੰਤ ਜ਼ਬਤ ਕਰ ਲਿਆ ਜਾਏ ਕਿਉਂਕਿ ਇਹ ਜਾਲੀ ਹੈ ਤੇ ਜਾਲੀ ਸਰਟੀਫਿਕੇਟ ਦੇ ਆਧਾਰ ਤੇ ਜੇ ਤੁਸੀਂ ਪਰਚਾ ਦਰਜ ਕਰੋਗੇ ਤਾਂ ਫਿਰ ਦੋਸਤੋ ਕੀ ਹੋਇਆ ਉਹ ਵੀ ਜਾਲੀ ਹੋਈ ਸੋ ਇੱਕ ਜਾਲੀ ਪਰਚਾ ਅਵੈਜਲੈਂਸ ਬਿਊਰੋ ਨੇ ਦਰਜ ਕੀਤਾ ਇੱਕ ਜਾਲੀ ਵਿਅਕਤੀ ਦੇ ਗਿਆਨ ਤੇ ਹੁਣ ਗੱਲ ਕਰਾਂਗੇ ਡਾਕਟਰ ਰਜਿੰਦਰ ਪਾਲ ਇਕਵਨ ਜਿਹੜੇ ਕਿ ਸਾਬਕਾ ਪ੍ਰਧਾਨ ਰਾਏਸਿਕ ਮਹਾਤਮ ਅਤੇ ਸਿਰਕੀ ਬੰਦ ਜਥੇਬੰਦੀ ਦੇ ਰਹਿ ਚੁੱਕੇ ਨੇ ਉਹਨਾਂ ਦਾ ਤੁਸੀਂ ਜਾਤੀ ਸਰਟੀਫਿਕੇਟ ਪਹਿਲਾਂ ਹੁਣ ਸਕਰੀਨ ਤੇ ਵੇਖੋ ਫਿਰ ਤੁਹਾਨੂੰ ਇਹਦੇ ਬਾਰੇ ਤੁਹਾਨੂੰ ਇੱਕ ਆਡੀਓ ਮੈਸੇਜ ਵੀ ਸੁਣਾਵਾਂਗੇ ਇਦੇ ਉੱਤੇ ਲਿਖਿਆ ਜੀ ਥੋੜਾ ਧੁੰਦਲਾ ਹੈ ਜਿਹੜੀ ਆਰਡਰ ਮਤਲਬ ਕਿ ਵਿਜ਼ੀਬਲ ਨਹੀਂ ਹੈ ਪ੍ਰੋਪਰਲੀ ਇੱਥੇ ਲਿਖਿਆ ਜੀ ਇਹਨਾਂ ਦੀ ਜਾਤੀ ਸਰਕੀਪੰਦ ਹੈ ਇਹਨਾਂ ਦੇ ਸਕੂਲ ਦਾ ਸਰਟੀਫਿਕੇਟ ਜਿਹੜਾ ਆਨਲਾਈਨ ਜਦੋਂ ਤੁਹਾਨੂੰ ਵਿਖਾਵਾਂਗੇ ਉਹ 'ਚ ਲਿਖਿਆ ਰਾਈ ਸਿੱਖਾ ਫਿਰ ਅਗਲੀ ਇੰਟਰਸਟਿੰਗ ਚੀਜ਼ ਹੈ ਇਹਨਾਂ ਦੀ ਬੇਟੀ ਜਸਪਿੰਦਰ ਕੌਰ ਐਲ ਐਲ ਬੀ ਕਰਦੀ ਆ ਪਟਿਆਲੇ ਜਿਹੜੀ ਲਾ ਯੂਨੀਵਰਸਿਟੀ ਹੈ ਉਹ ਦਾ ਹੁਣ ਤੁਸੀਂ ਸਕਰੀਨ ਤੇ ਜਾਤੀ ਸਰਟੀਫਿਕੇਟ ਵੇਖੋ ਉਹ ਕਹਿੰਦੀ ਹੈ ਜੀ ਮੈਂ ਤਾਂ ਰਾਈ ਸਿੱਖਾ ਹੁਣ ਪਿਓ ਕਿਰਕੀ ਬੰਦ ਤੇ ਬੇਟੀ ਰਾਏ ਸਿੱਕ ਪਿਓ ਦੀ ਜਾਤੀ ਇੱਕ ਤੇ ਉਹ ਬੇਟੀ ਦੀ ਜਾਤੀ ਵੱਖਰੀ ਇਹ ਤੁਸੀਂ ਹੁਣ ਆਪ ਵਿਚਾਰ ਕਰ ਲਓ ਕਿ ਇੰਜ ਹੋ ਸਕਦਾ ਔਰ ਇਹ ਸ਼ਖਸ ਇਹਦੀ ਹਿਮਾਕਤ ਵੇਖੋ ਇਹ ਕਮੈਂਟ ਪਾਉਂਦਾ ਦਲੀਲਾਂ ਦਿੰਦਾ ਕਹਿੰਦਾ ਰਜਿੰਦਰ ਤਗੜ ਬਲੈਕਮੇਲਰ ਆ ਪੀਲੀ ਪੱਤਰਕਾਰੀ ਕਰਦਾ ਫਿਰ ਤੁਹਾਨੂੰ ਮੈਂ ਅੱਗੇ ਦੱਸਦਾ ਆ ਆਡੀਓ ਮੈਸੇਜ ਤੁਹਾਨੂੰ ਇਹਦੇ ਬਾਰੇ ਕਿਰਦਾਰ ਬਾਰੇ ਹੋਰ ਬਹੁਤ ਸਪਸ਼ਟ ਕਰੂਗਾ ਲਓ ਸੁਣੋ ਪਰ ਇਹ ਤੇ ਜੰਦਰਪਾਲ ਸਿੰਘ ਦੇ ਸਰਟੀਫਿਕੇਟ ਦੀ ਇਹੀ ਕਾਪੀ ਹੈ ਜਿਹੜੀ ਵਿਭਾਗ ਤੋਂ ਮਿਲੀ ਸੀ ਸਾਰੇ ਸਰਟੀਫਿਕੇਟ 64 ਨੰਬਰ 31 1984 ਨੂੰ ਸਬ ਡਿਵੀਜ਼ਨਲ ਅਫੀਸਰ ਸਿਵਲ ਫਾਜ਼ਿਲਕਾ ਵੱਲੋਂ ਜਾਰੀ ਹੋਇਆ ਇਹਦੇ ਨਾਲ ਹੀ ਸਰ ਮੈਂ ਹੈਲਥ ਡਿਪਾਰਟਮੈਂਟ ਤੋਂ ਇਹਦੀ ਸਰਵਿਸ ਬੁੱਕ ਦੀ ਕਾਪੀ ਕਢਵਾਈ ਹੈ ਦੇਖੋ ਇਹਦੀ ਸਰਵਿਸ ਬੁੱਕ ਦੇ ਉੱਤੇ ਵੀ ਕਾਪੀ ਆ ਜਾਂਦੀ ਹੈ ਜਿਹੜੀ ਸਰ ਉਹ ਸਿਰਕੀ ਬੰਦ ਲਿਖੀ ਹੋਈ ਹੈ ਉਸ ਤੋਂ ਬਾਅਦ ਜਦੋਂ ਇਹਦਾ ਸਕੂਲੀ ਰਿਕਾਰਡ ਕਢਾਇਆ ਗਿਆ ਤੇ ਉਸ ਤੋਂ ਬਾਅਦ ਉਸ ਸਕੂਲੀ ਰਿਕਾਰਡ ਤੇ ਸਾਰੀ ਦੀ ਜਾਤੀ ਰਾਇ ਸਿੱਖ ਹੈ ਤੇ ਇਹਦੀ ਬੇਟੀ ਦਾ ਸਰਟੀਫਿਕੇਟ ਕਢਵਾਇਆ ਗਿਆ ਜੋ ਬੇਟੀ ਇਹਦੀ ਐ ਐਲ ਐਲ ਬੀ ਕਰਦੀ ਹੈ ਇੱਥੇ ਪਟਿਆਲੇ ਕੋਲ ਰਜੀਵ ਗਾਂਧੀ ਯੂਨੀਵਰਸਿਟੀ ਹੈਗੀ ਹੈ ਜੀ ਕੋਈ ਲਾਅ ਦੀ ਉੱਥੇ ਕਰਦੀ ਹੈ ਤੇ ਉਸ ਤੇ ਜਦੋਂ ਸਰਟੀਫਿਕੇਟ ਕਢਾਇਆ ਤਾਂ ਉਹ ਰਾਇ ਸਿੱਖ ਦਾ ਨਿਕਲਿਆ ਮੈਂ ਉਹ ਕਵਰਿੰਗ ਲੈਟਰ ਵੀ ਦੇਖਦਾ ਜਿਸ ਦੇ ਨਾਲ ਯੂਨੀਵਰਸਿਟੀ ਵਾਲਿਆਂ ਨੇ ਇਹ ਭੇਜਿਆ ਜੀ ਇਹ ਚੀਜ਼ ਹੈ ਜੀ ਨੌਕਰੀ ਲੈਣ ਸਮੇ ਜਾਤੀ ਨੇ ਵਿਖਾਈ ਹੈ ਜੀ ਸਰਕੀਬੰਦ ਅਸਲ ਚ ਜਾਤੀ ਰਾਈ ਸੀ ਐਂਟੀ ਦਲਿਤ ਗੈਂਗ ਜਿਹੜਾ ਕਿ ਜਲਾਲਾਬਾਦ ਫਿਰੋਜ਼ਪੁਰ ਫਾਜ਼ਿਲਕਾ ਦੇ ਵਿੱਚ ਬੇਸਡ ਆ ਉਹਦਾ ਜਿਹੜਾ ਸਰਗਣਾ ਡਾਕਟਰ ਇਕਵਨ ਉਹਨੇ ਸਾਡਾ ਜਿਹੜਾ ਐਪੀਸੋਡ 331 ਆ ਉਹਦੇ ਬਣਾਉਣ ਦੇ ਵਿੱਚ ਬਹੁਤ ਮਦਦ ਕੀਤੀ ਉਹਨੇ ਸਾਨੂੰ ਕੁਝ ਇਹੋ ਜਿਹੇ ਦਸਤਾਵੇਜ਼ ਭੇਜੇ ਜੀ ਤੋਂ ਸਿੱਧ ਕਰਨਾ ਚਾਹੁੰਦਾ ਸੀ ਕਿ ਬੰਦਬੀਰ ਸਿੰਘ ਆਲਮਪੁਰ ਸ਼ਿਕਾਇਤ ਕਰਕੇ ਫਿਰ ਪੈਸੇ ਲੈ ਕੇ ਸ਼ਿਕਾਇਤ ਵਾਪਸ ਲੈ ਲੈਂਦਾ ਉਹ ਜਿਹੜੇ ਉਹਨੇ ਕਾਗਜ਼ ਭੇਜੇ ਉਹੀ ਕਾਗਜ਼ ਸਾਨੂੰ ਮਾਸਟਰ ਜੀਵਨ ਨੇ ਵੀ ਭੇਜੇ ਅਸੀਂ ਫਿਰ ਉਹਦਾ ਫਰੈਂਸਿਕ ਐਨਾਲਿਸਿਸ ਕਰਵਾ ਲਿਆ ਉਸ ਦੀ ਵਿਸਤਾਰ ਤੁਸੀਂ ਜੇ ਜਾਣਨੇ ਆ ਤੇ ਸਾਡਾ ਐਪੀਸੋਡ ਨੰਬਰ 331 ਦੇਖ ਲਓ ਉਹਦੇ ਵਿੱਚ ਇਹ ਸਾਬਤ ਹੋ ਗਿਆ ਕਿ ਜਿਹੜੇ ਕਾਗਜ਼ ਡਾਕਟਰ ਰਜਿੰਦਰਪਾਲ ਇਕਵੰਤ ਤੇ ਮਾਸਟਰ ਜੀਵਨ ਨੇ ਪੰਜਾਬ ਦਸਤਾਵੇਜ਼ ਨੂੰ ਭੇਜੇ ਉਹ ਗੁੰਮਰਾਹ ਕੁੰਸੀ ਉਹ ਗੁੰਮਰਾਹ ਕੁੰਸੀ ਉਹ ਜਾਲੀ ਦਸਕਤ ਸੀ ਉਹ ਬਲਬੀਰ ਦੇ ਦਸਕਤ ਹੈ ਹੀ ਨਹੀਂ ਸੀ ਔਰ ਹੁਣ ਤਾਜ਼ਾ ਗੱਲ ਦੱਸ ਦਿੰਦਾ ਤੁਹਾਨੂੰ ਕਿ ਪੰਜਾਬ ਵਿਜੀਲੈਂਸ ਬਿਊਰੋ ਦੀਆਂ ਫਾਈਲਾਂ ਦੇ ਵਿੱਚ ਜੋ ਜਾਣਕਾਰੀ ਦਰਜ ਹੈ ਸਾਨੂੰ ਮਿਲੀ ਆ ਉਹਨਾਂ ਕੋਲ ਫਰੋਤੀ ਲੈਣ ਦਾ ਪੈਸੇ ਲੈਣ ਦਾ ਕੋਈ ਸਬੂਤ ਨਹੀਂ ਉਹਨਾਂ ਕੋਲ ਸਿਰਫ ਕਹਿੰਦੇ ਛੱਡ ਕੋਲ ਚਿੱਠੀਆਂ ਜਿਹਦੇ ਵਿੱਚ ਉਹਨਾਂ ਨੇ ਸ਼ਿਕਾਇਤਾਂ ਬਲਬੀਰ ਨੇ ਕਰਕੇ ਵਾਪਸ ਲਈਆਂ ਇਹ ਕਿ ਗੁਰਪ੍ਰੀਤ ਦੀ ਚਿੱਠੀ ਹੈ ਜਿਹੜਾ ਜਈ ਹੈ ਉਹਦਾ ਵੀ ਆਪਾਂ ਖਲਾਸਾ ਅਗਲੇ ਵੀਡੀਓ ਦੇ ਵਿੱਚ ਕਰਾਂਗੇ ਕਿ ਉਹਦੀ ਚਿੱਠੀ ਜਿਹੜੀ ਮੈਨੂੰ ਡਾਕਟਰ ਰਜਿੰਦਰਪਾਲ ਇੱਕ ਵੰਨੇ ਭੇਜੀ ਕਹਿੰਦੇ ਆ ਵੇਖੋ ਇਹਨੇ ਸ਼ਿਕਾਇਤ ਵਾਪਸ ਲੈ ਲਈ ਉਹਦੀ ਡਿਟੇਲ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਬਿਆਨ ਕਰਾਂਗੇ ਤੇ ਇਹ ਚਿੱਠੀਆਂ ਜਿਹੜੀਆਂ ਕਿ ਪੰਜਾਬ ਦਸਤਾਵੇਜ਼ ਵਲੋਂ ਫੋਰੈਂਸਿਕ ਜਾਂਚ ਕਰਵਾ ਕੇ ਡਿਸअप्रूव ਕਰਾਤੀਆਂ ਉਹਨਾਂ ਦੇ ਆਧਾਰ ਤੇ ਪਰਚਾ ਦਰਜ ਕਰਦਾ ਜਾਲੀ ਜਾਤੀ ਸਰਟੀਫਿਕੇਟ ਜਾਲੀ ਦਸਕਤ ਜਾਲੀ ਬੰਦੇ ਦਾ ਬਿਆਨ ਜਸਵਿੰਦਰ ਸਿੰਘ ਦਾ ਤੇ ਫਿਰ ਵਿਜੀਲੈਂਸ ਬਿਊਰੋ ਹਿਮਾਕਤ ਕਰ ਸਕਦੀ ਹੈ ਕਿ ਸਾਡਾ ਇਨਵੈਸਟੀਗੇਸ਼ਨ ਸਹੀ ਹੈ ਤੇ ਤੱਗੜ ਸਾਡੇ ਇਨਵੈਸਟੀਗੇਸ਼ਨ ਦੇ ਵਿੱਚ ਦਖਲ ਦਿੰਦਾ ਹੈ ਤੇ ਫਿਰ ਉਹ ਸਾਡਾ ਫੋਕਸ ਇਹ ਤੇ ਹੈ ਜੋ ਬਲਜੀਤ ਪਰਮਾਰ ਕਹਿ ਰਹੇ ਹਨ ਕਰ ਲੋ ਫੋਕਸ ਡਰਦੇ ਦੀ ਕੋਈ ਨਹੀਂ ਕਰ ਲੋ ਮੈਂ ਤਿਆਰ ਮੈਂ ਪਹਿਲਾਂ ਵੀ ਕਹਿ ਚੁੱਕਿਆ ਮੈਂ ਇਸ ਵਿਸ਼ੇ ਨੂੰ I'll take it to the logical conclusion ਇਹ ਨਹੀਂ ਹੋ ਸਕਦਾ ਕਿ ਤੁਸੀਂ ਅਫਸਰੀ ਵੀ ਕਰੋ ਮੋਟੀਆਂ ਤਰ੍ਹਾਂ ਕਿਹਾ ਵੀ ਕਰੋ ਲਓ ਤੇ ਅਤਿachar ਵੀ ਤੁਸੀਂ ਗਰੀਬ ਲੋਕਾਂ ਤੇ ਕਰੋ ਇਹ ਜੇ ਤੁਸੀਂ ਕਰੋਗੇ ਜੋ ਫਿਰ ਅਸੀਂ ਕਰ ਸਕਦੇ ਆਂ ਜਨਤਾ ਦੇ ਦਰਬਾਰ ਸਾਰਾ ਮਾਮਲਾ ਲੈ ਜਾਾਂਗੇ ਤੇ ਅੱਜ ਅਸੀਂ 10ਵੀਂ ਵੀਡੀਓ ਬਣਾ ਕੇ ਇਹ ਮਾਮਲਾ ਜਨਤਾ ਦੇ ਦਰਬਾਰ ਦੇ ਵਿੱਚ ਰੱਖ ਰਹੇ ਹਾਂ ਹੁਣ ਤੁਹਾਨੂੰ ਸੁਣਾਉਣੇ ਆ ਕਿ ਬੀਤੇ ਦਿਨੀ ਬਲਬੀਰ ਸਿੰਘ ਆਲਮਪੁਰ ਨੇ ਮੁਹਾਲੀ ਪੁਲਿਸ ਨੂੰ ਕੀ ਸ਼ਿਕਾਇਤ ਕੀਤੀ ਤੁਸੀਂ ਸਕਰੀਨ ਤੇ ਉਸ ਸ਼ਿਕਾਇਤ ਦੀ ਤਸਵੀਰ ਦੇਖ ਸਕਦੇ ਹੋ ਉਹਨੇ ਲਿਖਿਆ ਜੀ ਕਿ ਫਲਾਣੀਆਂ ਫਲਾਣੀਆਂ ਧਾਰਾਵਾਂ ਤਹਿਤ ਜਿਦੇ ਵਿੱਚ 120 BB ਦਰਜ ਹੈ ਇਹਦੇ ਤਹਿਤ ਪਰਚਾ ਦਰਜ ਕੀਤਾ ਜਾਏ ਡਾਕਟਰ ਰਜਿੰਦਰ ਪਾਲ ਇਕਵਨ ਮਾਸਟਰ ਜੀਵਨ ਸਿੰਘ AIG ਮਨਮੋਨ ਸ਼ਰਮਾ ਵੈਜੀਲੈਂਸ ਬਿਊਰੋ ਡੀਐਸਪੀ ਵੈਜੀਲੈਂਸ ਬਿਊਰੋ ਬਰਿੰਦਰ ਗਿੱਲ ਤੇ ਰੀਡਰ ਟੂ AIG ਮਨਮੋਨ ਸ਼ਰਮਾ ਜਿਹੜੇ ਹੈਗੇ ਆ ਸਬ ਇੰਸਪੈਕਟਰ ਰਣਜੀਤ ਸਿੰਘ ਅੱਗੇ ਸ਼ਿਕਾਇਤ ਜੇ ਅਸੀਂ ਪੜ੍ਹੀਏ ਤਾਂ ਉਹਦੇ ਵਿੱਚ ਲਿਖਿਆ ਕਿ ਇਹ ਸਾਰਿਆਂ ਨੇ ਰਲ ਕੇ ਮੇਰੇ ਜਾਲੀ ਦਸਕਤ ਕਰਕੇ ਸ਼ਿਕਾਇਤ ਵਾਪਸ ਲੈਣ ਦੀ ਗੱਲ ਜਿਹੜੀ ਹੈ ਨਰੇਟਿਵ ਉਹ ਤੋੜਿਆ ਤੇ ਉਹਨਾਂ ਨੇ ਇਸ ਨਰੇਟਿਵ ਦੇ ਆਧਾਰ ਤੇ ਮੈਨੂੰ ਬਦਨਾਮ ਕੀਤਾ ਜਿਹੜੀ ਦਲਿਤ ਮੂਵਮੈਂਟ ਹੈ ਉਹਨੂੰ ਟਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਸਾਰੀ ਕੌਨਸਪੀਰੇਸੀ ਦੇ ਵਿੱਚ ਵੈਜਨਸ ਬਿਊਰੋ ਸ਼ਾਮਲ ਹੈ ਤੇ ਉਹਨਾਂ ਨੇ ਹੋਰ ਗੱਲਾਂ ਤੋਂ ਇਲਾਵਾ ਬਲਬੀਰ ਆਲਮਪੁਰ ਨੇ ਮੁਹਾਲੀ ਪੁਲਿਸ ਨੂੰ ਬੇਨਤੀ ਕੀਤੀ ਕਿ ਵੈਜਲੈਂਸ ਬਿਊਰੋ ਦੇ ਅਧਿਕਾਰੀਆ ਅਤੇ ਆ ਪ੍ਰਾਈਵੇਟ ਜਿਹੜੇ ਲੋਕ ਆ ਜਿਹੜੇ ਰਜਿੰਦਰ ਇਕਵੰਤ ਤੇ ਮਾਸਟਰ ਜੀਵਨ ਇਹਨਾਂ ਬਰਉ ਦਾ ਪਰਚਾ ਦਰਜ ਕਰਕੇ ਬੰਦ ਦੀ ਕਾਰਵਾਈ ਕਰਤੀ ਜਾਏ ਨਾਲ ਉਹਨਾਂ ਨੇ ਇਹ ਵੀ ਲਿਖਿਆ ਬਲਬੀਰ ਆਲਮਪੁਰ ਨੇ ਇਹਨਾਂ ਦਸਤਾਂ ਦੀ ਤੁਸੀਂ ਫੋਰੈਂਸਿਕ ਜਾਂਚ ਜ਼ਰੂਰ ਕਰਵਾਓ ਸੁਝਾਅ ਦਿੱਤਾ ਗਿਆ ਮੁਹਾਲੀ ਪੁਲਿਸ ਨੂੰ ਮੇਰੀ ਦਸਤਾਂ ਦੀ ਜਿਹੜੀਆਂ ਜਿੱਠੀਆਂ ਇਹਨਾਂ ਨੇ ਫਲੋਟ ਕੀਤੀਆਂ ਇਹਨਾਂ ਜਲਦੀ ਬੰਦਿਆ ਨੇ ਉਹ ਤੁਸੀਂ ਜ਼ਰੂਰ ਫੋਰੈਂਸਿਕ ਜਾਂਚ ਕਰਾਓ ਇਸ ਸ਼ਿਕਾਇਤ ਦੇ ਨਾਲ ਜਿਹਦੀ ਕਾਪੀ ਸਾਡੇ ਕੋਲ ਮੌਜੂਦ ਹੈ ਉਹਦੇ ਵਿੱਚ ਬਲਬੀਰ ਆਲਮਪੁਰ ਨੇ ਇੱਕ ਸਫੇਦ ਕਾਗਜ਼ ਤੇ ਆਪਣੇ ਦਸਖਤ ਕਰਕੇ ਸਪੈਸਮਨ ਦਿੱਤੇ ਆ ਵੀ ਆ ਮੇਰੀ ਦਸਖਤਾਂ ਜਿਹੜੀਆਂ ਜਿੱਠੀਆਂ ਵਾਪਸ ਕਹਿੰਦੇ ਆ ਜੀ ਮੈਂ ਲਈਆਂ ਉਹਨਾਂ ਤੇ ਜਿਹੜੇ ਦਸਖਤ ਆ ਉਹ ਤੁਸੀਂ ਕੰਪੇਅਰ ਕਰਾ ਦਿਓ ਯਾਨਕੀ ਨਾ ਉਹਦੀ ਬਾਲ ਇਜ਼ ਇਨ ਦੀ ਕੋਰਟ ਆਫ ਮੋਹਾਲੀ ਪੁਲਿਸ ਐਸ ਵਲ ਮੋਹਾਲੀ ਪੁਲਿਸ ਆਪਣੀ ਜਾਂਚ ਕਰੂਗੀ ਤੇ ਇਸ ਮਾਮਲੇ ਦਾ ਜਿਹੜਾ ਨਰੀਖਣ ਉਹ ਕਰੂਗੀ ਹੁਣ ਤੁਹਾਨੂੰ ਸੁਣਾਉਣੇ ਆ ਉਹਨਾਂ ਫੇਕ ਦਲਿਤਾਂ ਦੇ ਨਾਵਾਂ ਦੀ ਲਿਸਟ ਜਿਹੜੇ ਕੇ ਬੰਦੀਪੀਰ ਸਿੰਘ ਆਲਮਪੁਰ ਦੀ ਸ਼ਿਕਾਇਤ ਤੋਂ ਬਾਅਦ ਰੱਦ ਹੋਏ ਆਓ ਸ਼ੁਰੂ ਕਰਦੇ ਹਾਂ ਲਿਸਟ ਅਮਰਕੌਰ ਰੈਜ਼ੀਡੈਂਟ ਆਫ ਰਾਜਪੁਰਾ ਇਹ ਔਰਤ ਬਲਬੀਰਦੀ ਹੀ ਰਿਸ਼ਤੇਦਾਰ ਹੈ ਪਰ ਇਹ ਹਰਿਆਣੇ ਦੀ ਹੈ ਇਹ ਪੰਜਾਬ ਚ ਆ ਕੇ ਮਾਈਗ੍ਰੇਟ ਕਰਕੇ ਦਲਿਤ ਬੈਨੀਫਿਟ ਨਹੀਂ ਲੈ ਸਕਦੀ ਸੀ ਉਹਨੇ ਲਿਆ ਇਹਦੇ ਸਰਟੀਫਿਕੇਟ ਰੱਦ ਕਰਵਾਇਆ ਦੂਜੇ ਨੰਬਰ ਤੇ ਜਸਬੀਰ ਕੌਰ ਡਾਟਰ ਆਫ ਕੇਰ ਸਿੰਘ ਮਾਸਟਰ ਨਹੀਂ ਲੱਗੀ ਐ ਜਲਦੀ ਰਾਮਦਾਸੀਆ ਬਣੀ ਐ ਤੀਜੇ ਨੰਬਰ ਤੇ ਜਸਵਿੰਦਰ ਸਿੰਘ son ਆਫ ਗੁਰਮੀਤ ਸਿੰਘ ਰੈਜ਼ੀਡੈਂਟ ਆਫ ਗੁਰੂ ਹਰ ਸਹਾਇ ਜਲਦੀ ਬਾਲ ਮਿੱਕੀ ਬਣਿਆ ਜਿਹਦੇ ਬਿਆਨ ਤੇ ਬਿਜ਼ਨਸ ਬਿਊਰੋ ਨੇ ਪਰਚਾ ਦਰਜ ਕੀਤਾ ਇਹਦਾ ਵੀ ਰੱਦ ਕਰਵਾ ਚੁੱਕਿਆ ਬੰਦੀਰ ਚੌਥੇ ਨੰਬਰ ਤੇ ਸੁਖਤਾਰ ਸਿੰਘ son of ਸੁੱਚਾ ਸਿੰਘ ਮਾਸਟਰ ਜਾਲੀ ਸਰਕੀਬੰਦ ਬਣਿਆ ਪੰਜਵੇਂ ਨੰਬਰ ਤੇ ਸੋਨੀਆ ਮਲੋਤਰਾ ईटीटी టీਚਰ ਜਾਲਨੀ ਕੰਬੋਜ ਬਣ ਗਈ ओबीसी 6ਵੇਂ ਤੇ ਹਰਜਨ ਸਿੰਘ ਸਰਪੰਚ son of 인ਦਰ ਸਿੰਘ ਰੈਜ਼ੀਡੈਂਟ ਆਫ ਆਲਮਪੁਰ ਜਾਲੀ ਸਰਕੀਬੰਦ ਬਣਿਆ 7ਵੇਂ ਨੰਬਰ ਤੇ ਸੁਖਬੀਰ ਸਿੰਘ ਪੰਜ ਸਨਫ ਦਲੀਪ ਸਿੰਘ ਰੈਜ਼ੀਡੈਂਟ ਆਲੰਪੁਰ ਜਾਲੀ ਸਰ ਕੀ ਬੰਦ ਬਣਿਆ 8ਵੇਂ ਨੰਬਰ ਤੇ ਪਿੰਪਲ ਸਿੰਘ ਸ਼ਨਫ ਜਗੀਰ ਸਿੰਘ ਰੈਜ਼ੀਡੈਂਟ ਆਲੰਪੁਰ ਇਹਨਾਂ ਦੀ ਪਰਸੋਂ ਦੁੱਖ ਨਾਲ ਕਹਿਣਾ ਪੈਂਦਾ ਮੌਤ ਹੋ ਗਈ ਇਹਨਾਂ ਨੇ ਸਾਡੇ ਵੀਡੀਓ ਤੇ ਇਲਜ਼ਾਮ ਲਾਇਆ ਸੀ ਕਿ ਬਲਬੀਰ ਆਲੰਪੁਰ ਨੇ ਇਹਨਾਂ ਤੋਂ 50000 ਰੁਪਏ ਮੰਗਿਆ ਸੀ ਤਾਂ ਕਿ ਸ਼ਿਕਾਇਤ ਵਾਪਸ ਲੈ ਲਈ ਜਾਏ ਪਰ ਕਹਿੰਦੇ ਜੇ ਅਸੀਂ 50000 ਦਿੱਤਾ ਨਹੀਂ ਅਸੀਂ ਹਾਈ ਕੋਰਟ ਚਲੇ ਗਏ ਉੱਥੇ ਮਾਮਲਾ ਪੈਂਡਿੰਗ ਹੈ 9ਵੇਂ ਨੰਬਰ ਤੇ ਹੈਗਾ ਜੀ ਭਜਨ ਸਿੰਘ son of ਵਧਾਵਾ ਸਿੰਘ ਰੈਜ਼ੀਡੈਂਟ ਆਲੰਪੁਰ ਜਾਲੀ ਸਰਕੀਬੰਦ 10ਵੇਂ ਨੰਬਰ ਤੇ ਹੈਗਾ ਹੁਸ਼ਿਆਰ ਸਿੰਘ son of ਬਹਾਲ ਸਿੰਘ ਰੈਜ਼ੀਡੈਂਟ ਆਲੰਪੁਰ ਤੇ ਅਗਲਾ ਬੰਦਾ 11ਵੇਂ ਨੰਬਰ ਦਾ ਸਾਹਿਬ ਸਿੰਘ son of ਮੁਖ्तार ਸਿੰਘ ਰੈਜ਼ੀਡੈਂਟ ਆਲੰਪੁਰ ਇਸਾਰੇ ਸਰਕੀਬੰਦ ਜਲਦੀ ਬਣੇ ਜਗਦੀਸ਼ ਸਿੰਘ ਸਰਪੰਚ ਆਫ ਕੋਲੀ ਪਿੰਡ ਸਰਕੀਬੰਦ ਜਲਦੀ ਬਣਿਆ ਕਸ਼ਮੀਰ ਸਿੰਘ ਦੇ ਪਰਿਵਾਰ ਦੇ 15 ਜੀਆਂ ਦੇ ਸਰਟੀਫਿਕੇਟ ਬਲਬੀਰ ਆਲੰਪੁਰ ਨੇ ਰੱਦ ਕਰਵਾਤੇ ਇੱਕੋ ਪਰਿਵਾਰ ਦੇ 15 ਜਾਲੀ ਸਰਟੀਫਿਕੇਟ ਬਲਬੀਰ ਆਲੰਪੁਰ ਕੱਲੇ ਦੀਆਂ ਸ਼ਿਕਾਇਤਾਂ ਤੇ ਰੱਦ ਹੋਏ ਫਿਰ ਅਗੇ ਦੱਸਦੇ ਆਂ ਜੀ ਬਲਬੀਰ ਵੱਲੋਂ ਕੀਤੀਆਂ 60 ਹੋਰ ਸ਼ਿਕਾਇਤਾਂ ਮਹਿਕਮੇ ਦੇ ਕੋਲ ਪੈਂਡਿੰਗ ਪਈਆਂ ਸੋਸ਼ਲ ਜਸਟਿਸ ਮਹਿਕਮਾ ਬਲਬੀਰ ਦੱਸਦਾ ਹੈ ਕਿ ਫੈਸਲਾ ਲੈਂਡ ਲਈ 2 ਤੋਂ 3 ਸਾਲ ਲੋਂਦਾ ਹੈ ਉਹ ਲਟਕਾਈ ਜਾਂਦਾ ਜਾਂ ਦੂਜੀ ਪਾਰਟੀ ਪੇਸ਼ ਨਹੀਂ ਹੁੰਦੀ ਜਾਂ ਫਿਰ ਇਹ ਕਾਰਵਾਈ ਸলো ਕਰਦੇ ਆ ਜਦੋਂ ਕਿ ਸੁਪਰੀਮ ਕੋਰਟ ਦੀਆਂ ਸਪਸ਼ਟ ਹਦਾਇਤਾਂ ਹੈ ਕਿ ਸੋਸ਼ਲ ਜਸਟਿਸ ਐਂਡ empowerment ਅਫੇਅਰ ਡਿਪਾਰਟਮੈਂਟ ਇਹੋ ਜੀ ਸ਼ਿਕਾਇਤ ਆਉਣ ਤੇ 3 ਮਹੀਨਿਆਂ ਦੇ ਅੰਦਰ ਉਹ ਫੈਸਲਾ ਕਰੇਗਾ ਹੁਣ ਕਹਿਣ ਨੂੰ ਤਾਂ ਵੀ ਹੁੰਦਾ ਇਸ ਮੈਂ ਕੇਤੇ ਵਿੱਚ ਵੀ ਕਾਫੀ ਭ੍ਰਸ਼ਟਾਚਾਰ ਹੈ ਕਾਫੀ ਭ੍ਰਸ਼ਟਾਚਾਰ ਇਸ ਕਿਸਮ ਦੇ ਇਲਜ਼ਾਮ ਲੱਗਦੇ ਆ ਯਾਰ ਉਹ ਵੱਖਰਾ ਵਿਸ਼ਾ ਹੋਏਗਾ ਦੋਸਤੋ ਵੀਡੀਓ ਕੁਝ ਲੰਬੀ ਹੁੰਦੀ ਜਾਂਦੀ ਹੈ ਅਗਲੇ ਐਪੀਸੋਡਸ ਵਾਸਤੇ ਵੀ ਆਪਾਂ ਨੂੰ ਮਸਾਲਾ ਰੱਖ ਲੈਣਾ ਚਾਹੀਦਾ ਕਿਉਂ ਠੀਕ کہہ ਰਹੇ ਹੋ ਨਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਵਿਜਲੈਂਸ ਬਿਊਰੋ ਦੀ ਐਫ ਆਈ ਆਰ ਦਾ ਵੱਡਾ ਫਾਇਦਾ ਕਿਵੇਂ ਹੋਵੇਗਾ ਬlesing ਐਂਡ ਡਿਸਗਾਇਸ ਕਿਵੇਂ ਹੋਗੀ ਇਸ ਪਰਚੇ ਤੋਂ ਬਾਅਦ ਦਲਿਤ ਸਮਾਏ ਦਲਿਤ ਸਮਾਜ ਦੇ ਮਜ਼ਬੀ ਸਿੱਖ ਵਾਲਮੀਕੀ ਜਿਹਨੂੰ ਕਹਿੰਦੇ ਐਮ ਐਂਡ ਬੀ ਅਤੇ ਰਾਮਦਾਸੀਆ ਸਿੱਖ ਐਂਡ ਅਦਰ ਜਿਹਨੂੰ ਕਹਿੰਦੇ ਆਰ ਐਂਡ ਓ ਇਨਾਦ ਇੱਕ ਸੰਜੀਗ ਹੰਗਾਮੀ ਬੈਠਕ ਨਵੰਬਰ 9 ਨੂੰ ਲੁਧਿਆਣੇ ਦੇ ਨੇੜੇ ਜਿਹੜਾ ਪਿੰਡ ਆਕਸ਼ਾ ਬਾ ਮੁੱਲਾਂਪੁਰ ਰੱਖ ਲਈ ਗਈ ਹੈ ਇਸ ਮੀਟਿੰਗ ਦੇ ਵਿੱਚ ਜੋ ਕੁਝ ਉੱਭਰ ਕੇ ਆਉਂਦਾ ਮੈਨੂੰ ਲੱਗਦਾ ਹੈ ਕਿ ਵਿਜੀਲੈਂਸ ਬਿਊਰੋ ਵਾਸਤੇ ਉਹ ਬਹੁਤ ਦਿਲਚਸਪੀ ਵਾਲਾ ਮਾਮਲਾ ਹੋਏਗਾ ਉਹਨਾਂ ਨੂੰ ਇਸ ਤੇ ਗੌਰ ਰੱਖਣੀ ਚਾਹੀਦੀ ਹੈ ਨਾਓ ਆਰቲክ ਸਾਡਾ ਕੀ ਮੰਨਣਾ ਪੰਜਾਬ ਸਰਕਾਰ ਨੂੰ ਸਥਿਤੀ ਵਿਗੜਨ ਤੋਂ ਪਹਿਲਾਂ ਪਹਿਲਾਂ ਦਖਲ ਦੇ ਕੇ ਵਜਲੈਂਸ ਬਿਊਰੋ ਨੂੰ ਨਕੇਲ ਪਾ ਲੈਣੀ ਚਾਹੀਦੀ ਹੈ ਨਹੀਂ ਤਾਂ ਕੁਝ ਹੋਰ ਹੋ ਸਕਦਾ ਪਾਣ ਬਥੂ ਪੰਜਾਬ ਚ ਐਸਟੀਮੇਟਡ 10000 ਜਾਲੀ ਦਲਿਤ ਸਰਟੀਫਿਕੇਟ ਬਣੇ ਹੋਏ ਨੇ ਜਿਨ੍ਹਾਂ ਦਾ ਫਾਇਦਾ ਸਰਕਾਰੀ ਨੌਕਰੀਆਂ ਚ ਜਾਂ ਵਿਦਿਅਕ ਅਦਾਰਿਆਂ ਦੇ ਵਿੱਚ ਦਿੱਤਾ ਜਾ ਰਿਹਾ ਜਾਂ ਦਿੱਤਾ ਜਾ ਚੁੱਕਾ ਹੈ ਉਸ ਦੇ ਉੱਤੇ ਪੰਜਾਬ ਸਰਕਾਰ ਨੂੰ ਆਪਣੇ ਪੱਧਰ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਬਾਕੀ ਵੌਲੰਟੇਰੀ ਲੋਕ ਉਸ ਮਾਮਲੇ ਦੇ ਵਿੱਚ ਦਖਲ ਘੱਟ ਤੋਂ ਘੱਟ ਦੇਣ ਪੁਆਇੰਟ ਨੰਬਰ 3 ਮੀਡੀਆ ਧਾਰਿਆਂ ਨੂੰ ਵਿਜੀਲੈਂਸ ਬਿਊਰੋ ਦਾ ਝੂਠ ਪਰੋਸਣ ਤੋਂ ਪਹਿਲਾਂ ਉਹਦੀ ਕੋਹ ਕਰ ਲੈਣੀ ਚਾਹੀਦੀ ਹੈ ਦੂਜੀ ਸਾਈਡ ਦਾ ਪੱਖ ਜਾਣ ਲੈਣਾ ਚਾਹੀਦਾ ਇਹ ਮੈਂ ਇਹ ਗੁਜ਼ਾਰਿਸ਼ ਕਰੂੰਗਾ ਸਾਰਿਆਂ ਨੂੰ ਕਿ ਅੱਗੇ ਤੋਂ ਵਿਜੀਲੈਂਸ ਬਿਊਰੋ ਜੋ ਵੀ ਤੁਹਾਨੂੰ ਪ੍ਰੈਸ ਨੋਟ ਕੀਤੀ ਆ ਭੇਜਦੀ ਆ ਉਹਨੂੰ ਅੱਖਾਂ ਮੀਟ ਕੇ ਨਾ ਛਾਪੋ ਉਹਨੂੰ ਦੂਜੀ ਸਾਈਡ ਪੁੱਛ ਲੋ ਤੇ ਉਹ ਫੇਰ ਤੁਹਾਨੂੰ ਪਤਾ ਲੱਗ ਜੂਗਾ ਕਿੰਨੀ ਸੱਚੀ ਗੱਲ ਹੈ ਕਿੰਨੀ ਝੂਠੀ ਆ ਬਾਕੀ মিডিਆ ਤਾਂ ਸਭ ਦਾ ਸਾਂਝਾ ਦੋਨਾਂ ਸਾਈਡਸ ਦੀ ਗੱਲ ਹੋਣੀ ਚਾਹੀਦੀ ਹੈ ਤੇ ਫੇਰ ਕਿਉਂਕਿ ਇਹਦਾ ਜ਼ਰੂਰੀ ਕਿਉਂ ਹੋ ਜਾਂਦਾ ਹੈ ਜਿਹੜੀ ਵੈਜੂਲੈਂਸ ਬਿਊਰੋ ਆਪਣੀ ਕ੍ਰੈਡਿਬਿਲਿਟੀ ਇਨ ਦੀ ਆਈਜ਼ ਆਫ ਪਬਲਿਕ ਲੂਜ਼ ਕਰ ਚੁੱਕੀ ਹੈ ਖਤਮ ਕਰ ਚੁੱਕੀ ਹੈ ਉਹਦੀ ਵਿਸ਼ਵਾਸਨੀਤਾ ਖਤਮ ਹੋ ਚੁੱਕੀ ਹੈ ਸੋ ਜੋ ਕੁਝ ਉਹ ਭੇਜਦੇ ਆ ਦੱਸਦੇ ਆ ਤੁਹਾਨੂੰ ਉਹਨੂੰ ਉਵੇਂ ਦਾ ਉਵੇਂ ਨਾਪ ਰੋਸਿਆ ਜਾਏ ਏ ਮੇਰਾ ਤੁਹਾਡੀ ਸਾਰੀਆਂ ਸੁਝਾਅ ਲਾਸਟ ਆਫ 올 ਜਾਤੀ ਵਿਵਾਦ ਤੇ ਹੁਣ ਤੱਕ ਅਸੀਂ 16 ਵੀਡੀਓ ਬਣਾ ਚੁੱਕੇ ਹਾਂ 17ਵੀਂ ਹੈ ਵਿਜੀਲੈਂਸ ਬਿਊਰੋ ਤੇ ਮੁੱਦੇ ਤੇ ਅਸੀਂ ਅੱਜ 10ਵੀਂ ਵੀਡੀਓ ਬਣਾ ਰਹੇ ਹਾਂ ਇਹਦੀ ਵਾਚ ਲਿਸਟ ਅਸੀਂ ਜਲਦ ਜਾਰੀ ਕਰਾਂਗੇ ਜਿਹੜੇ ਲੋਕ ਇੰਟਰਸਟਿਡ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਜਾਣਨ ਲਈ ਉਹ ਇਸ ਨੂੰ ਐਜ਼ ਅ ਡਾਕੂਮੈਂਟ ਆਪਣੀ ਲਾਇਬ੍ਰੇਰੀ ਚ ਰੱਖ ਸਕਦੇ ਆ ਤੇ ਅਖੀਰ ਚ ਕਹਾਂਗੇ पंजाब दस्तावेज हर कदम हर कीमत सच सच्ते पैरा देने खड़ा रहेगा इन्हें बेनती इजाजत चाहते हैं जी सताल नमस्कार खुदा हाफिज़